ਸਾਰੇ ਦੇ ਸਾਰੇ ਲੋਕ ਮਿਲ ਕੇ ਕਈ ਗੁਨਾਹ ਕੰਮ ਕਰਨਾ ਚਾਹੀਦਾ ਨਹੀਂ ਕਰ ਸਕਦਾ। ਅੱਲਾਹ ਤਾਲਾ ਫਰਮਾਇਆ ਤੇਰੀ ਚਾਹਤ ਹੈ, ਇੱਕ ਮੇਰੀ ਚਾਹਤ ਹੈ, ਅਗਰ ਮੇਰੀ ਚਾਹਤ ਜ਼ਿੰਦਗੀ ਗੁਜ਼ਰੇ ਤੇ ਸਾਰੀ ਦੁਨੀਆ ਦੇ ਕਿਤੇ ਮੁਖਸਰ ਕਰ ਦੇ, ਆਪਣੀ ਚਾਹਤ ਗੁਜ਼ਰੇ ਤੇ ਹੋ ਸੀ ਉਹ ਜੋ ਮੈਂ ਚਾਹਤਾ। ਉਹ ਆਦਮ ਇੱਕ ਮੁਸਲਮਾਨ ਤੇ ਇੱਕ ਨਸਰਾਨੀ ਇਕੱਠੇ ਸਫ਼ਾ ਚਲੇ ਜਾਣ, ਕੋਈ ਜਾਇਆ ਚੀਜ਼ਾਂ ਚੱਲਦੇ ਰਹਿ ਗਏ, ਭੁੱਖ ਲੱਗੀ ਨਸਰਾਨੀ, ਉਹ ਅੱਗੇ ਮੋਹਮ ਦਿਆ ਮੰਗ ਦੁਆ ਕੇ ਖੂਰ ਉੱਠੀ। ਮੁਸਲਮਾਨ ਨੇ ਜਿਵੇਂ ਹੱਥ ਉਠਾਇਆ ਤਾਂ ਅਸਮਾਨ ਤੋਂ ਅੱਲਾ ਸੀ ਖਾਨ ਸਾਹਿਬ ਭੇਜਦਾ ਗੁਨੇ ਗੋਸ਼ਤ ਦੇ ਲਜ਼ੀਜ਼ ਨੂੰ ਖਾ ਕੇ ਦੋਨੇ ਵੱਲ ਚੱਲ ਗਏ। ਚਲਦੇ ਚਲਦੇ ਮੁਸਲਮਾਨ ਆ ਗਿਆ, ਵਾ ਨਸਰਾਨੀ ਮੰਗੋ ਤੂੰ ਦੁਆ, ਨਸਰਾਨੀ ਦੁਆ ਮੰਗੀ ਤੂੰ ਖਾਨ ਸਾਹਿਬ। ਆ ਮੁਸਲਮਾਨ ਪਰੇਸ਼ਾਨ ਸੀ ਗਿਆ, ਮੈਂ ਸੁਣਿਆ ਨਬੀ ਜੀ ਨੇ ਕਲਮਾ ਪੜਾ ਲਾ, ਇਮਾਨਦਾਰ ਬੰਦਾ ਮੈਂ ਦੁਆ ਮੰਗੀ ਹੇ ਖਾਨ ਜਾ, ਇਹ ਦੁਆ ਮੰਗੀ ਤੂੰ ਖਾਨ, ਇਹ ਕਿਆ ਗੱਲ ਹੈ। ਮੈਂ ਕਿਹਾ ਮੁਸਲਮਾਨ ਆ ਪਰੇਸ਼ਾਨ ਨਾ ਸੀ, ਗਮ ਨਾ ਖਾ, ਰੋਟੀ ਖਾ ਮੈਂ ਬਿਹਤਰੀਨ ਦੂਗਾ ਨਹੀਂ ਦੇਖ ਸਕਦਾ। ਰੋਟੀ ਜਨਾਬ ਰੱਖਾ ਦੋਨੇ ਉਹ ਦੱਸਾ, ਮੈਂ ਕਿਹਾ ਜੇ ਅਸਮਾਨ ਤੋਂ ਖਾਨ ਚ ਲੱਗੇ ਮੈਂ ਹੁਣ ਕਲਮਾ ਪੜ ਕੇ ਦਸ਼ਾ ਲਾ 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 ਮੁਹੰਮਦ ਜੇ ਨੇ ਪਹਿਲਾਂ ਕਿ ਯਾਰ ਮੰਗ ਮੈਂ ਹੁਣ ਗੱਲ ਕਹੀ ਮੁਸਲਮਾਨ ਦੇ ਸਦਕੇ ਮੇਰੇ ਕੋ ਖਵਾ। ਮੁਸਲਮਾਨ ਇੱਕ ਜਦ ਤੱਕ ਕਲਮੇ ਕਰਾਉਣਾ ਹੋਵੇ ਇਮਾਨ ਯਕੀਨ ਦਾ ਕਲਮੇ ਪੜਾਉਣਾ ਜਿੰਦਾ ਜਾ ਕੇ ਕਿਆਮਤ ਨਾ ਸੇ ਰਜ਼ਕ ਲਾ ਫਰਕ ਹਜ਼ਰਤ ਅਬੂ ਬਕਰ ਸਦੀ ਸੇ ਬੇਸ਼ ਨਾ ਖਾਮ ਦਸਾ ਨਬੀ ਸੇ ਆਏ ਤਸ਼ਰੀਫ ਕਰ ਕੋ ਅਬੂ ਬਕਰ ਸਦੀ ਕਿਆ ਸੇ ਯਾਰ ਮੇਰੇ ਚਾਚੇ ਦਾ ਪੁੱਤ ਪੌਦੇ ਹੈ ਹੁੰਦਾ ਦਿਲ ਚ ਅਰਮਾਨ ਨੂੰ ਆਖੀ ਯਾਰ ਉਹ ਕਲਮਾ ਨਹੀਂ ਪੜਿਆ ਨੂੰ ਆਖੀ ਹਾਂ ਕਲਮਾ ਤਾਂ ਪੜੀ ਨੂੰ ਆਖੀ ਜੰਨਤ ਉਹ ਆਦਮ ਜਿਹੜੇ ਬੰਦੇ ਕੋ ਨਸੀਬ ਸੀ ਬਿਨ ਕਲਮਾ ਮਰਦੇ ਵੇਲੇ ਕਿਆ ਕਰਦੇ ਖੁਸ਼ੀ ਦਾ ਮੰਗਦਾ ਚੰਦ ਵਾਲੀ ਕਾ ਚਮਕਣ ਪੜੇ ਸੇ ਔਰ ਅੱਲਾ ਸੀ ਨੇ ਰਹਿਮਤ ਨਾ ਹੁੰਦਾ ਬਸ ਉਸ ਬਈ ਲਾ ਇਲਾਹ ਇਲੱਲਾ ਯਕੀਨ ਹੋ ਗਈ ਤਬਦੀਲ ਮੁਹੰਮਦ ਰਸੂਲਾ ਤਰੀਕ ਹੋ ਗਈ ਤਬਦੀਲ ਲਾ ਇਲਾਹ ਇਲੱਲਾ ਅੰਦਰ ਮੁਹੰਮਦ ਰਸੂਲਾ ਬਾਹਰ ਕਾ ਜ਼ਹਿਰੀ ਨਜ਼ਰ ਬੰਦਾ ਹੋਇਆ ਮੁਸਲਮਾਨ ਇੱਕ ਦਫ਼ਾ ਇਹ ਕਲਮੇ ਜਿਹੜਾ ਬੰਦਾ ਪੜ੍ਹਦੇ ਅੱਲਾ ਤਾਲਾ ਸਾਰੇ ਗੁਨਾਹ ਮਿਟਾ ਦੇ ਇਹ ਕਿਆ ਲਿਖਦੇ ਸੁਬਾ ਸ਼ਾਮ ਸੌ ਮਰਤਬਾ ਇਹ ਕਲਮੇ ਜਿਹੜਾ ਪੜ੍ਹਦੇ ਪੜੋ ਚਲਾ ਇਲਾਹ ਸੁਬਾ ਸ਼ਾਮ ਸੌ ਮਰਤਬਾ ਜਿਹੜਾ ਕਲਮਾ ਪੜ੍ਹਦੇ ਜਿਹਨੇ ਕਬਰ ਚੁਕਾਏ ਸੀ ਉਹਦਾ ਚਿਹਰਾ ਇਹ ਦਿਨ ਸੀ ਜਿਵੇਂ ਚੋੜੀ ਨਾ ਚਾਹੁੰਦਾ ਬਈ ਨਮਾਜ਼ ਮੂਮਿਨ ਦਾ ਮਹਿਰਾਜ ਹੈ ਨਬੀ ਸਿੰਘ ਦੀ ਅੱਖੀ ਦੀ ਛੰਡਾ ਕੇ ਨਮਾਜ਼ ਜਿੰਨਾ ਦੀ ਕੋਸ਼ਿਸ਼ ਅੱਲਾ ਕੋਲ ਮੰਗਾ ਨਜ਼ਰ ਜਾਂ ਨਮਾਜ਼ ਹੈ ਜੇ ਨਮਾਜ਼ ਨੂੰ ਕਾਇਮ ਕੀਤੀ ਇਹਨੇ ਦੀਨ ਨੂੰ ਕਾਇਮ ਚਾਲੀਸ ਦਿਨ ਇਖਲਾਸ ਦੇ ਨਾਲ ਤਕਬੀਰ ਨਾਲ ਜਿਹੜਾ ਬੰਦਾ ਨਮਾਜ਼ ਪੜ੍ਹੇ ਅੱਲਾ ਤਾਲਾ ਰੂਹ ਫਰਮਾਨੇ ਅਤਾ ਫਰਮਾਨੇ ਇੱਕ ਨਿਫਾਕ ਸੇ ਭਰੀ ਦੂਜਾ ਜਹੰਨਮ ਸੇ ਛੁਟਕਾਰਾ ਜਿਹੜਾ ਰੋਜ਼ਾਨਾ ਪੰਜ ਦਫ਼ਾ ਨਮਾਜ਼ ਪੜ੍ਹਦੇ ਅੱਲਾ ਤਾਲਾ ਪੰਜ ਇਨਾਮ ਅਤਾ ਪਹਿਲਾ ਰਿਸਕ ਦੀ ਤੰਗੀ ਹਟਾਈ ਹੋਈ ਦੇਖੋ ਕੋਈ ਪਹਿਲੇ ਕਾਲ ਪਿਆ ਪੈਸੇ ਹਨ ਦਾਣੇ ਨਾ ਮਿਲੀਆਂ ਰਿਸਕ ਕੌਣ ਦੇ ਅੱਲਾ ਦੇ ਦੇ ਭਾਈ ਪੈਸੇ ਨਾਲ ਕੰਮ ਬਣਦੇ ਨਹੀਂ ਖੁਦ ਪੈਸੇ ਨਾਲ ਕੰਮ ਬਣਨਾ ਅਫਕਾਰ ਨੂੰ ਬਹੁਤ ਬੜੇ ਖਜ਼ਾਨੇ ਵਾਲਾ ਬਹੁਤ ਬੜੇ ਖਜ਼ਾਨੇ ਵਾਲਾ ਖਜ਼ਾਨੇ ਉੱਤੋਂ ਸੁੱਟਣੇ ਖਜ਼ਾਨੇ ਸਮੇਤ ਗਿਆ ਪੈਸੇ ਨਾਲ ਕੰਮ ਨਾ ਬਣਿਆ ਰਿਜ਼ਕ ਤੰਗੀ ਦੂਜਾ ਕਿਆ ਹੈ ਕਬਰ ਅਜ਼ਾਬ ਮਿਲਦਾ ਹਜ਼ਰਤ ਉਸਮਾਨ ਸਿੰਘ ਨੇ ਸਾਹਮਣੇ ਜਿਹੜੇ ਕਬਰ ਦੀ ਗੱਲ ਸੀ ਨਾ ਕੀਤੀ ਵੀ ਉਹਨੇ ਦਾੜੀ ਦੀ ਬਾਰਾ ਤਰ ਕੇ ਆਦਮ ਦਾੜੀ ਕਬਰ ਕੋ ਮਿੱਟੀ ਦਾ ਢੇਰ ਨਾ ਸਮਝੋ ਜਾਂ ਜੰਨਤ ਦੇ ਬਾਗ ਚ ਬਾਗ ਜਾਂ ਜਹਨਮ ਦੇ ਘਰ ਉਹ ਆਦਮ ਤੋਂ ਦਿਲ ਦੁਨੀਆਂ ਨਾਲ ਲਾ ਬੈਠੇ ਹੁੰਦੇ ਗਾਫਿਲ ਮੌਤ ਭੁਲਾ ਬੈਠੇ ਜ਼ਰਾ ਦੇਖ ਤਾਂ ਸਹੀ ਦੁਨੀਆਂ ਨੇ ਕਿ ਕਿਹਦੇ ਨਾਲ ਵਫਾ ਇਹ ਦੁਨੀਆਂ ਛੋੜੀਏ ਸਾਰੇ ਬੰਦੇ ਐਨ ਸਾਰੇ ਮਾਲ ਸਾਡੇ ਖਾਲੀ ਹੱਥ ਦੇ ਸਾਰੇ ਬੰਦਿਆਂ ਉਜੜ ਗਿਆ ਬਾਗ ਜਿਸ ਕੇ ਲਾਖੋ ਮਾਲੀ ਥੇ ਸਿਕੰਦਰ ਦੁਨੀਆਂ ਸੇ ਗਿਆ ਦੋਨੋਂ ਹੱਥ ਖਾਲੀ ਦੋ ਹੀ ਹੱਥ ਖਾਲੀ ਹਨ ਚਾਹ ਦੇ ਆਪਾਂ ਨੇ ਦੁਨੀਆਂ ਛੋੜਨੀ ਹੈ ਚੰਦ ਆਣੇ ਵਾਸਤੇ ਉਹ ਅੱਜ ਚੰਦ ਦਿਨ ਦੀ ਜ਼ਿੰਦਗੀ ਹੈ ਨਾ ਉਛਲ ਉਛਲ ਕੇ ਚੱਲ ਇਹ ਰਸਤੇ ਹੈ ਘਟਾਓ ਕੇ ਜ਼ਰਾ ਸਾ ਮਿਲ ਕੇ ਚੱਲ ਹਜ਼ਾਰੋਂ ਨਕਸ਼ੇ ਮਟਨ ਬਣਾ ਕੇ ਮਿਟਾ ਦੀਏ ਤੂੰ ਵੀ ਮਿਟ ਜਾਏ ਅਬ ਤੋਹਾਂ ਕਾ ਤੂੰ ਵੀ ਮਿਟ ਜਾਏਗਾ ਅਬ ਗੁਨਾਹ ਸੇ ਤੋਹਾਂ ਕਾ ਜਿਹਨੇ ਆਦਮੀ ਤੋਬਾ ਕਹਿਣੀ ਅੱਜ ਅਸਤਗਫਿਰੁੱਲਾ ਰੱਬੀ ਮਿਨ ਕੁੱਲਿ ਜ਼ੰਬਿਨ ਵਅਤੂਬੁ ਇਲੈਹ ਆਏ ਅੱਲਾ ਮੈਂ ਸਾਰੇ ਗੁਨਾਹ ਤੋਂ ਤੋਬਾ ਕਰਨਾ ਅੱਲਾ ਜੀ ਕਿਆ ਕਰੇ ਅਸਮਾਨ ਤੇ ਚਰਾਹਾਂ ਕੱਢ ਜਾ ਪਰ ਇਸ ਦੇ ਪੁੱਛਣ ਕਿਹਦੀ ਖੁਸ਼ੀ ਹੈ ਜੀ ਯਾਰ ਮੇਰੇ ਬੰਦੇ ਨੇ ਮੇਰੇ ਨਾਲ ਸੁਲਾਹ ਕਰ ਦਿੱਤੀ ਔਰ ਕਿਆ ਜ਼ਮੀਨ ਤੇ ਜਿਬਰਾਇਲ ਅਸਲਾਮ ਤੋਂ ਐਲਾਨ ਕਰ ਦਿੰਦੇ ਸਾਰੇ ਬੰਦੇ ਨਾਲ ਮੁਹੱਬਤ ਬਈ ਇਹ ਗੱਲ ਇਵੇਂ ਨਹੀਂ ਉਹ ਅੱਜ ਦੇਖਦੀ ਜਿੰਨਾ ਕੋਈ ਮਰਦ ਦੇਖ ਜੰਨਤ ਕਿਉਂ ਵਾਕਿਆ ਬਿਆਨ ਕੀਤੇ ਨੇ ਚਾਰ ਦੁਨੀਆਂ ਦਾ ਤਰੇ ਬੰਦੇ ਇੱਕ ਨਮਾਜ਼ੀ ਦਾ ਇੱਕ ਬਾਦਸ਼ਾਹ ਦਾ ਕਿਤਾਬ ਵਾਲੇ ਸੰਜਲਾ ਸਤਕਾਰ ਕਰੇ ਇੱਕ ਗਰੀਬ ਦਾ ਉਹ ਆਦਮ ਜਿਹੜਾ ਬਾਦਸ਼ਾਹ ਉਹਨੇ ਸੌ ਮੰਗਾਇਆ ਘੋੜਾ ਸੌ ਮੰਗਾਇਆ ਜੋੜਾ ਇੱਕ ਘੋੜਾ ਪਸੰਦ ਕੀਤਾ ਇੱਕ ਜੋੜਾ ਪਸੰਦ ਕੀਤਾ ਔਰ ਇਹ ਰਿਆਇਆ ਬੁਕਿੰਗ 10,000 ਫੌਜ ਜੱਗੂ 10,000 ਪਿੱਛੂ ਤੁਰ ਪਿਆ ਮਗਰ ਅਜਲ ਹੀ ਨਾ ਛੋੜਾ ਕਿਸਰਾ ਨਦਾਰਾ ਇਹਦੇ ਦੇ ਸਿਪਾਹੀ ਸਿਕੰਦਰ ਬਿਹਾਰਾ ਪੜਾ ਰਹਿ ਗਿਆ ਯੂੰ ਹੀ ਠਾਕ ਸਾਰਾ ਜਗਾ ਜੀ ਲਗਾਨੇ ਕੀ ਦੁਨੀਆ ਨਹੀਂ ਹੈ ਇਹ ਇਬਰਤ ਦੀ ਜਾ ਹੈ ਤਮਾਸ਼ਾ ਨਹੀਂ
دیکھ لیا آئینے میں کبھی داغ نہ دیکھا سینے میں جی ایسا لگایا جینے میں مرنے کو انسان کو بھائی موت یقین کر. اچھا اسرائیل علیہ السلام آگے کپڑے پھاڑے کو آگے اگر رک تیری میری گاہ سو پیچھے میرے وزیر مشیر آنے پہ وہ تیری گاہ سن سے میں نہیں سننا. اسرائیل علیہ السلام نے گھوڑے کی آواز میں پکڑا گھوڑے کی کیا ضرورت رک وہاں کہ اسرائیل چہرہ پھٹ ڈٹھا مر دوجا ہونے کی ایک مالدار تھا یہ سارے مال خزانے خوب کھائیں گے اپنے بگانے تیرا پوچھے گا کوئی نہ حال قبر میں لے گئے کٹھے ہو کے جائیں گے اکیلا چھوڑ کے آئیں گے تیرے سارے خدمت گزار. آدمی یار اتنی سوراخ کا برف نہ چھوڑو اتنی سوراخ کا برف نہ چھوڑو کیا بھائی دیکھو سارے بھائی یار برکت کر میری تو سر جاؤ با دے تو سر جاؤ با اون جناب سارا سامان مالدار نے باہر کٹیا لچ لچ چاہ کے بہ گیا یہ میرا ساری زندگی واسطے کافی میں کہنے دعوت کی بندے کھانے پہ پینے پہ اور وقت پر مقرر ہے ایک گھوٹ پانی کا بندہ نہ پیسا رزق لکھا گیا رزق لکھا گیا وہ آخری قطرہ منہ سے موت آ سکتی. اسرائیل علیہ السلام نے آدھے دروازہ کھٹکایا یار بنو دیکھو کون ہے وہ آخر سی سارے کپڑے کو فقیر ہے منگتا ہے تو کو ملا کر یار کھولو دے دو گے کوئی نہ کوئی دے دو بلا انہیں کہ جس پہ جیسے ضرورت ہوئے وہ آگے تو آدمی بندے کو ملنے گیا زمیندار بیٹھے بغیر بادشاہ ان کو ملنے وہاں کوئی میرے بزی ہے نہیں مل سکتا. تیسری دفعہ اسرائیل علیہ السلام نے یہ دروازے کو دیکھا کے اندر گیا وہاں سے آخیا میں موت ہوں اسرائیل ہوں تیری موت کا وقت آ گیا چہرہ پھٹ گیا وہ جنا مال پہ پہنچے جان پہ لانتا جان گا تیری وجہ کو میں ذلیل تھی نہ پیا اللہ سی نے مال کو نہیں دیتی کہ میری وجہ کو تو کہو میں کہنا جو نام ہوں جو تیرے دل اندر تو وہ کہنا میں حقیقت گا رسول اللہ نبی فرمائے مرن کو پہلے موت کی تیاری کر مرن کو پہلے موت کی تیاری کر عقل مند آدمی وہ جنا موت کو پہلے موت کی تیاری کر جنت والے کو موت آمنی ہے سارا جب ترائش تبدیل تھی ہے پہلے پہلے نہ ختم ماں کیا غلام سفر ہون کیا آگے جنازہ کیا دوجے نمبر تے کپڑے ختم ایسے کپڑے نہیں تھار تے بندے کچھ کٹے نہیں کپڑے ختم کفن آمنے کپڑے جا دے مکان جرے سنتا ان دی جا دے قبر آمنے کیا آمنے نبی صلی اللہ علیہ وسلم بندے دے ترائے دوست دے کتی ترائے دوست پہلے پہلے میرا مال یہ سارا مال ہے میرا وہاں کچھ سوچ نہ کی تو انسان کملائی تو ہر کے چلے آوے سی جڑے ترکے دا تو مان کرے نہیں تے تے نالے کہیں نہ دیسی فخر بدئی تے ہے اکرم جی ہیں چا دی ہیں دا پردیسی بس طالب سٹ ملک تے مارے من ہر کی خاطر کچھ نہ کر دیا نام ختم کپڑے ختم. اچھا وہاں کے رشتے مال کیا مال بندہ ہو یا ختم صرف انہا قرضہ وہ دے سی جڑا قرض دینے سے وہ دے سی مندر کچھ کفن کفن کو جیبا گئنی کفن کو جی بل ایک بندہ ایک کروڑ روپیہ چھوڑ گئے ڈار پہ بھی دیکھا اگو ڈار پہ بھی کچھ کپر جو کھانا پہ کھلے پلے کو پتا کرے جائیں کہ اور چھوڑ دے وہ کھانے کا انہوں کو پتا ہو تو ڈار پہ بندے بنا دے جی منی تو اگر بہترین تکیا وہ ہے جن نے تیرے وصیت نامہ لکھا بہترین تکیا وہ ہے جن نے بس نبی سے سنا دیں تو انہوں نے اپنی پوٹ کو ہلکا رکھا کرو ہلکا کیا ہے یہ معاملات زیادہ نہ ہوں جیسے جب پھنسے پہ سے معاملات زیادہ نہ ہوں دوجا کیا ہے رشتے دار وہ کہتا کہ میں رشتے دار میں نے صرف قبر مشتام تھا بس اگو من کام امال کام امال امال نماز پڑھتا ہو سے سجے پاس آوے سے زکات دینا ہو سے کھبے پاس آوے سے روزہ سر کو آوے سے سارے کی باپ نہیں ہے پکڑے سنجا پر اس تو گھر پچی تو تھی ہوئے تو سادہ وہ یا ایتھے زمیندار کو یا کے جائے میرا بندہ ہے کوئی ناچو بنیا دے پر لیا درمان ممیاں زمیندار آکھو اللہ سے یاد آتا میں سارے کی بات کیا کر رہے ہیں سپلے کو سرپنے کو پچھے تک تکلیف کو ہٹا دیتے ہیں بلکہ وہ فرمے لگا حدیث کا مقوم ہے کہ بھور آ رہی چند حال نکچے جو سے وہ پچھے رہے تھے ہاتھ سرت کو سے قیامت آوے تو چوند رہے تھے کہ گناہ گار کی موت سر نبی سے این انگلی نہیں پتا سجی پسی خبری ہے خبری پسی سجی این باتیں نہیں سارے خبر آجے تیرا آوانا مبارک ڈاڈا چنگا لگتا ہے زمین دے جلے میرے دل ٹرتا ہے ڈاڈا چنگا لگتا ہے جلے میرے دل ٹرتا ہے جنت کی کھڑکیاں کھول دی تے خوشبوئیاں نے کیا نے خوشبوئیاں نے تو موت آ گئی او جناب دا مر گیا لاندا تے چوں چ بنیا تیری جا وا کیوں کہ تے غریب دا سواری تے بنا پیا
İsrail adına mı? Assalamu alaikum. Umar ki aleykum selam ve rahmetullah ve berekatuhu. Aga tu kone? Aga ma İsrail'a. Umar ki ma ta kadan tayari kidi. O ya ban tayari kidi se? O sare ni kidi kare dur jak ke suche se bedu ghar sauda ginne. Ghar ali aake putro aake o sare ne jati hai. Maut ki tayari kan. Akal man aadmi o jara maut ko pehle maut ki tayari kare. Bhai duniya pani asan chhod de bhai. Kamyab log hoen jin Allah de hukm de zindagi guzar le. To kya khayal hai ke na ke tayari Allah de pehle kadam de kyan se sare gunah maaf sare gunah maaf aur anbiya de nal kya se hashat se hamare anbiya de kursa na ho ode muhare nabuwat se Allah de kaam karane ode nal ode kaam de koi sabze ala mar de elan kar dine falana sabze ala faut thi ke kiyan ala mar de kiyan ala bijli ala nal ka maya kare Allah la jale mar de na Allah Allah ko bhi na Aşağıda cuma inşallah kala sarı kadime de sarı bok ki hazi var. İnşallah. Kıyısı yakam yok takım. Bahat ki fiyin üstü mal kutu. Eyle dünya kadar perişan edin. Rızka rızka rızka. Eyle khatma iman de fırla. Eyle ce sunna ki amal de tafiq kata fırla. Eyle din ce hamayın çada. Sari lukul din de dayı bila. Din de suç bu cita fırla. Eyle nefret ikonu, boğuz ikonu bacha. اے اللہ سچ اپنی محبت سچی محبت اپنے نبی دی سچی محبت کر صلی اللہ تعالی علیہ وسلم اللہ سارے بہن قبول فرمائے آمین اللہ